ਕਿਸਰਾ ਦਾ ਉੱਥੇ ਸਿੱਖਾਂ ਦਾ ਅਤੇ ਮੁਸਲਮਾਨਾਂ ਦਾ ਸਾਰਿਆਂ ਕੌਮਾਂ ਦਾ ਕਿਸਰਾ ਦਾ ਰਹਿਣ ਸਹਿਣ ਸੀ ਉੱਥੇ? ਸਿੱਖਾਂ ਦਾ ਮੁਸਲਮਾਨਾਂ ਦਾ ਰਹਿਣ ਇਸ ਤਰ੍ਹਾਂ ਸੀ, ਇਸ ਇਨਕਲਾਬ ਤੋਂ ਪਹਿਲੇ, ਹਾਂਜੀ, ਹਿੰਦੁਸਤਾਨ ਪਾਕਿਸਤਾਨ ਤੋਂ ਬਣਨ ਤੋਂ ਪਹਿਲੇ, ਯਾਨੀ ਇਸ ਤਰ੍ਹਾਂ ਸੀ ਵੀ ਇੱਕ ਦੂਜੇ ਨੂੰ ਭਾਈਆਂ ਵਾਂਗੂ ਮਿਲਦੇ ਸੀ, ਭਰਾਵਾਂ ਵਾਂਗੂ ਪਿਆਰ ਸੀ, ਹਾਂਜੀ, ਇੱਕ ਦੂਸਰਾ ਲੈਣ ਦੇਣ ਬਣਿਆ ਸੀ, ਹਾਂ ਬਹੁਤ ਸਾਰਾ। ਅੱਛਾ ਜੀ, ਪਿੰਡ ਦੇ ਵਿੱਚ ਜਿਹੜੇ ਸਿੱਖਾਂ ਦੇ ਘਰ ਸੀ, ਹਾਂਜੀ, ਕੀ ਨਾਮ ਸੀ ਉਹਨਾਂ ਦਾ? ਮੰਗਲ ਸਿੰਘ, ਅੱਛਾ, ਫੌਜਾ ਸਿੰਘ, ਫੌਜਾ ਸਿੰਘ, ਇੰਦਰ ਸਿੰਘ, ਇੰਦਰ ਸਿੰਘ, ਸੁੰਦਰ ਸਿੰਘ, ਸੁੰਦਰ ਸਿੰਘ, ਅੱਛਾ, ਇਹ ਜਿਹੜੇ ਸੀਗੇ ਠੀਕ ਠਾਕ ਸੀ? ਬਿਲਕੁਲ। ਅੱਛਾ, ਚੰਗਾ ਆਉਣ ਜਾਣ ਬਣਿਆ ਸੀ ਨਾਲ? ਹੋਰ ਤੋਂ ਹੋਰ ਸਾਰਾ। ਅੱਛਾ, ਇੱਕੋ ਹੀ ਸੀ ਉਹਨਾਂ ਸਿੱਖਾਂ ਨੇ ਆ ਕੇ ਉੱਥੇ ਲੈ ਜਾਣਾ। ਅੱਛਾ, ਵਾਹ। ਉਹ ਕਿਉਂ? ਉਹ ਸਾਡਾ ਕੁਰਾਨ ਸੁਣਨ ਵਾਸਤੇ, ਕੁਰਾਨ ਸੁਣਨ ਵਾਸਤੇ ਇੰਨਾ ਚਾਹਤ ਹੁੰਦੀ ਸੀ, ਪਿਆਰ ਇੰਨਾ ਪਿਆਰ ਕਰਦੇ ਸੀ। ਠੀਕ, ਪਿੰਡ ਦੀ ਯਾਦ ਆਉਂਦੀ? ਪਿੰਡ ਦੀ ਯਾਦ ਆਉਂਦੀ? ਹਾਂ ਜੀ, ਲਓ। ਅੱਛਾ, ਪਿੰਡ ਯਾਦ ਆਉਂਦੇ ਨੇ? ਆਇਸ਼ੇ ਦੇ ਕੱਖ ਵੀ ਨਹੀਂ ਉੱਥੇ, ਪਿੰਡ ਬਹੁਤ ਮੁਸ਼ਕਿਲ, ਕਿਸੇ ਕੱਖ ਵੀ ਨਹੀਂ। ਸਨ ਸਨ ਤਾਲੀ ਭੁੱਲਦੀ ਨਹੀਂ ਓ, ਹੋ ਜਦੋਂ ਵਰਤਿਆ ਭਾਣਾ, ਅੱਜ ਮੇਰੀ ਸ਼ਰੀਫ ਉਹਨਾਂ ਤੋਂ ਖੁਸ ਗਿਆ, ਸਾਡੇ ਤੋਂ ਨੇ ਕਾਣਾ, ਹੋ ਅੱਜ ਵੀ ਦਿਲ ਭਰੀ ਆਉਂਦਾ, ਬੱਚੇ ਨਿਕਲੇ, ਬੱਚੇ ਹੋਇਆ ਵਾ ਕਿ ਤੁਸੀਂ ਸੁੱਤੇ ਪਏ ਹੋ ਉਹਦੇ ਖਾਬਾਂ ਦੇ ਵਿੱਚ, ਪਿੰਡ ਪਹੁੰਚ ਜਾਓ? ਇਨਸ਼ਾਅੱਲਾ। ਅੱਛਾ, ਉਹਦੇ ਸੀਨੇ ਦੇ ਵਿੱਚ ਅਫਸਰ ਹੈ, ਉਹ ਨਕਸ਼ਾ ਜਿਹੜਾ ਹੈ ਨਾ, ਪਿੰਡ ਦਾ ਨਕਸ਼ਾ, ਹਾਂਜੀ, ਅਜੇ ਵੀ ਅਫਸਰ ਹੈ ਸੀਨੇ ਦੇ ਵਿੱਚ? ਹਾਂਜੀ, ਬਰਨਾਲੇ ਸ਼ਹਿਰ ਦਾ ਨਕਸ਼ਾ, ਉਹ ਵੀ ਅਫਸਰ ਹੈ। ਨਹੀਂ ਤਾਂ ਹੁਣ ਜੇ ਤੁਹਾਨੂੰ ਮੌਕਾ ਮਿਲੇ ਪਿੰਡ ਜਾਣ, ਪਿੰਡ ਜਾਣ ਦਾ, ਹਾਂ, ਤਾਂ ਜਾਣਾ ਚਾਹੋਗੇ? ਹਾਂ, ਇਨਸ਼ਾਅੱਲਾ ਜਾਵਾਂਗੇ। ਅੱਛਾ, ਇਨਸ਼ਾਅੱਲਾ ਅੱਲਾਹ ਨੇ ਤਾਕਤ ਦਿੱਤੀ ਆ, ਉਮਰ 100 ਸਾਲ ਦੀ ਹੋ ਚੁੱਕੀ ਆ, ਇਨਸ਼ਾਅੱਲਾ। ਮਾਰ ਕੇ ਉਡਾਰੀ ਚਲੇ ਜਾਂਦੇ ਚੱਕ ਲਾਲਾ ਵੇ, ਮਾਰ ਕੇ ਉਡਾਰੀ ਚਲੇ ਜਾਂਦੇ ਚੱਕ ਲਾਲਾ।
ਜੀ ਨੇੜੇ ਇਹਨਾਂ ਲਈ ਅੰਬਾਲਾ ਹੋਏ ਤੂੰ ਨਹੀਂ ਕਰਾਚੀ ਨੇੜੇ ਇਹਨਾਂ ਲਈ ਅੰਬਾਲਾ ਹੋਏ ਬਿਨਾਂ ਵੀਜ਼ਾ ਜਾਂਦੇ ਨੇ ਹੋਏ ਬਿਨਾਂ ਵੀਜ਼ਾ ਜਾਂਦੇ ਨੇ ਬਿਨਾਂ ਵੀਜ਼ਾ ਜਾਂਦੇ ਨੇ ਲਾਹੌਰ ਓਏ ਹਮੀਦਿਆ ਸਾਡੇ ਨਾਲੋਂ ਚੰਗੇ ਨੇ ਜਨੌਰ ਓਏ ਹਮੀਦਿਆ ਸਾਡੇ ਨਾਲੋਂ ਚੰਗੇ ਨੇ ਜਨੌਰ।